ਖਾਲਸਾ ਸਿੰਘ ਜੀ ਦੋ ਕੁ ਦਿਨ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੇਰੇ ਬਾਰੇ ਬਹੁਤ ਕੁਛ ਬੋਲਿਆ ਵੀ ਇਹ ਨਕਲੀ ਅਕਾਲੀ ਆ। ਸਾਧ ਸੰਗਤ ਸਾਡੇ ਘਰ ਦੇ, ਮੇਰੇ ਤੋਂ ਬਿਨਾਂ ਮੈਂ ਗੱਲ ਕਰਦਾ, ਸਾਡੇ ਘਰ ਦੇ ਪੰਜ ਜੀ ਪੰਥ ਦੇ ਸਾਰੇ ਮੋਰਚਿਆਂ 'ਚ ਜਿਨ੍ਹਾਂ ਨੇ ਜੇਲ੍ਹਾਂ ਕੱਢੀਆਂ, ਐਮਰਜੈਂਸੀ 'ਚ ਵੀ, ਪੰਜਾਬੀ ਸੂਬੇ 'ਚ ਵੀ, ਧਰਮ ਯੁੱਧ ਮੋਰਚੇ 'ਚ ਵੀ, ਸਾਧ ਸੰਗਤ ਜੀ ਇੱਥੋਂ ਤੱਕ ਜੈਤੋਂ ਦੇ ਮੋਰਚੇ ਵਿੱਚ ਵੀ ਸਾਡੇ ਬਜ਼ੁਰਗਾਂ ਨੇ ਸੇਵਾ ਨਿਭਾਈਆਂ। ਇਹ ਤਾਂ ਕਹਿੰਦੇ ਹੋ ਗਏ ਨਕਲੀ, ਜਿਹੜਾ ਖੜਾ ਕੀਤਾ ਸੀ ਕੈਂਡੀਡੇਟ ਉਹ ਸਾਰੀ ਦੁਨੀਆ ਜਾਣਦੀ ਹੈ ਵੀ ਇਹ ਗਲਤ ਢਵਾਉਣ ਵਾਲੇ ਇਹ, ਅਤੇ ਢਵਾਉਣ ਵਾਲਿਆਂ ਨੂੰ ਸਜ਼ਾ ਦੇਣ ਵਾਲਾ ਇਹਦਾ ਪਿਤਾ ਸਰਦਾਰ ਸਰਬਜੀਤ ਸਿੰਘ ਖਾਲਸਾ ਦਾ ਪਿਤਾ ਅਮਰ ਸ਼ਹੀਦ ਭਾਈ ਬੇਅੰਤ ਸਿੰਘ। ਕਿਹਨੂੰ ਬੋਲ ਰਹੇ ਹਾਂ, ਮਾੜੀ ਮੋਟੀ ਸ਼ਰਮ ਤਾਂ ਕਰੋ। ਚਲੋ ਆਪ ਤਾਂ ਬੋਲਦੇ ਥੱਲੇ ਵੀ ਲੈਣੇ ਨਾ, ਕਈ ਬੰਦੇ ਇਹੋ ਜਿਹੇ ਰੱਖੇ ਆ ਜਿਹੜੇ ਊਂ ਤਾਂ ਬੰਦੇ ਹੀ ਆ ਪਰ ਨਾ ਕੁੱਤਿਆਂ ਵਾਲਿਆਂ ਦੇ, ਪਤਾ ਨਹੀਂ ਕੋਈ ਕੰਟੀ ਕੇ ਬੰਟੀ ਕੋਈ ਇੱਦਾਂ ਦੇ ਨਾਂ ਹੀ ਆ, ਕੋਈ ਸਿੰਘਾਂ ਵਾਲੇ ਨਾਂ ਨਹੀਂ ਹੈਗੇ। ਉਹ ਕਹਿੰਦਾ ਵੀ ਦੇਖੋ ਅਸੀਂ ਫਰੀਦਕੋਟ ਤੋਂ ਹੀ ਕੋਈ, ਉਹ ਕਹਿੰਦਾ ਵੀ ਮੈਂ ਬੇਨਤੀ ਕਰਦਾ ਵੀ ਅਸੀਂ ਪਹਿਲਾਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਤਿਕਾਰਯੋਗ ਪਿਤਾ ਬਾਪੂ ਸੁੱਚਾ ਸਿੰਘ ਨੂੰ ਜਿਤਾਇਆ ਸੀ। ਰਤਾ ਵੀ ਸ਼ਰਮ ਹੈ ਨਹੀਂ, ਰਤਾ ਵੀ ਉਹਦੇ ਮੁਕਾਬਲੇ ਤਾਂ ਇਸ ਅਕਾਲੀ ਦਲ ਨੇ ਗੁਰਦੇਵ ਸਿੰਘ ਬਾਦਲ ਨੂੰ ਖੜਾ ਕੀਤਾ ਸੀ ਜਿਹਦੀ ਤੁਸੀਂ ਜ਼ਮਾਨਤ ਜ਼ਬਤ ਕਰਾਈ। ਫਿਰ ਕਹਿੰਦੇ ਜੀ ਇਹਦੀ ਸਤਿਕਾਰਯੋਗ ਮਾਤਾ ਨੂੰ, ਸਰਬਜੀਤ ਸਿੰਘ ਦੀ ਮਾਤਾ ਨੂੰ, ਅਮਰ ਸ਼ਹੀਦ ਭਾਈ ਬੇਅੰਤ ਸਿੰਘ ਦੀ ਧਰਮ ਸੁਪਤਨੀ ਬਿਮਲ ਕੌਰ ਨੂੰ ਖੜਾ ਕੀਤਾ ਸੀ, ਉਹਨੂੰ ਜਿਤਾਇਆ। ਸਾਧ ਸਿੰਘ ਜੀ ਉਹਦੇ ਮੁਕਾਬਲੇ 'ਤੇ ਕੈਪਟਨ ਕਮਲਜੀਤ ਨੂੰ ਖੜਾ ਕੀਤਾ। ਤੁਸੀਂ ਕਿਹੜੇ ਵੇਲੇ ਮਦਦ ਕੀਤੀ ਸ਼ਹੀਦਾਂ ਦੀ ਦੱਸੋ ਤਾਂ ਸਹੀ। ਉਦੋਂ ਜ਼ਮਾਨਤਾਂ ਜ਼ਬਤ ਕਰਾਈਆਂ ਅਤੇ ਕਹਿੰਦੇ ਉਦੋਂ ਅਸੀਂ ਸਤਿਕਾਰ ਦੇਤਾ ਸੀ, ਧੋਰਾ ਵੀ ਸ਼ਰਮ ਨਹੀਂ। ਅਤੇ ਹੁਣ ਕਹਿੰਦੇ ਫਰੀਦਕੋਟ ਤੋਂ ਸਰਬਜੀਤ ਸਿੰਘ ਫੇਰ ਖੜਾ ਹੋ ਗਿਆ। ਸਾਧ ਸੰਗਤ ਜੀ ਉਹਦੀ ਤਾਂ ਕੁਰਬਾਨੀ ਇਸ ਪਰਿਵਾਰ ਦੀ ਏਡੀ ਵੱਡੀ ਹੈ, ਅਸੀਂ ਕੋਈ ਸਹਾਨ ਕਰਨਾ। ਇਸ ਗੱਲ ਨੂੰ ਫਰੀਦਕੋਟੀਆਂ ਨੇ ਸਮਝ ਲਿਆ, ਇੰਨੀ ਗਰਮੀ ਦੇ ਵਿੱਚ ਆਪਣੇ ਘਰੋਂ ਮੋਟਰਸਾਈਕਲ, ਘਰੋਂ ਹੀ ਟਰੈਕਟਰ ਲੈ ਕੇ, ਘਰੋਂ ਹੀ ਆਪਣੀਆਂ ਕਾਰਾਂ ਜੀਪਾਂ ਲੈ ਕੇ, ਵੱਡੇ ਕਾਫਲੇ ਆਪੇ ਹੀ ਝੰਡੇ ਬਣਾ ਕੇ ਆਪੇ ਹੀ ਤੁਰ ਪਏ। ਅਤੇ ਉਹਨਾਂ ਨੂੰ ਤਾਂ ਉਹਨਾਂ ਦੀ ਸ਼ਹਾਦਤ 'ਤੇ ਮਾਣ ਹੈ, ਪਰ ਬਖਲਾਟ ਵਿੱਚ ਆ ਗਿਆ। ਰਾਜਨੀਤਿਕ ਬੰਦੇ ਬਖਲਾਟ ਵਿੱਚ ਨਹੀਂ ਆਉਂਦੇ ਹੁੰਦੇ। ਇਹ ਜਿਹੜੀ ਜ਼ਬਾਨ 'ਚੋਂ ਗੱਲ ਕੱਢਦੀ ਇੱਕ ਵਾਰੀ, ਇਹ ਦੁਬਾਰਾ ਫਿਰ ਬਿੰਦੀ ਵਿੱਚ ਨਹੀਂ, ਵਾਪਸ ਨਹੀਂ ਆਉਂਦੀ। ਸਿਆਣਿਆਂ ਦਾ ਕਥਨ ਹੈ ਕਿ ਕਮਾਨ 'ਚੋਂ ਨਿਕਲਿਆ ਤੀਰ ਅਤੇ ਜ਼ਬਾਨ 'ਚੋਂ ਨਿਕਲੇ ਲਫ਼ਜ਼ ਵਾਪਸ ਨਹੀਂ ਆਉਂਦੇ। ਇਸ ਕਰਕੇ ਮੈਂ ਫਿਰ ਉਹਨਾਂ ਨੂੰ ਬੇਨਤੀ ਕਰਦਾ, ਮੀਡੀਆ ਨੇ ਉੱਥੇ ਵੀ ਗੱਲ 'ਤੇ ਚਲੀ ਜਾਣੀ ਹੈ ਵੀ ਤੁਸੀਂ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਅਤੇ ਉਸ ਬੇਅਦਬੀ ਦੀ ਪਾਤਸ਼ਾਹਤਾ ਵੱਲੋਂ ਇਨਸਾਫ ਮੰਗਣ ਵਾਸਤੇ ਉਸੇ ਫਰੀਦਕੋਟ ਦੇ ਨਾਲ ਲੱਗਦੇ ਸ਼ਹਿਰ ਕੋਟਕਪੂਰਾ ਵਿੱਚ ਗੁਰੂ ਕੇ ਸਿੱਖ ਪ੍ਰਦਰਸ਼ਨ ਕਰ ਰਹੇ ਨੇ, ਸ਼ਾਂਤਮਈ ਜਾਪ ਕਰ ਰਹੇ ਨੇ ਵਾਹਿਗੁਰੂ ਦਾ। ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੂੰ ਉਦੋਂ ਗ੍ਰਹਿ ਮੰਤਰੀ ਸੀ ਜਦੋਂ ਤੇਰੀ ਪੁਲਿਸ ਨੇ ਉਹਨਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ। ਤੇਰੀ ਕਰਤੂਤ ਤਾਂ ਇਹ ਆ, ਹੁਣ ਤੂੰ ਸਿੱਖਾਂ ਦੀਆਂ ਵੋਟਾਂ ਭਾਲਦਾ। ਕੌਮ ਦੇ ਜਥੇਦਾਰ ਸਿੰਘ ਸਾਹਿਬ, ਸੱਚਖੰਡ ਵਾਸੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ, ਜਿਨ੍ਹਾਂ ਨੂੰ ਤੇਰੀ ਪੁਲਿਸ ਨੇ ਚੁੱਕ ਕੇ ਸ਼ਹੀਦ ਕੀਤਾ, ਅਤੇ ਉਹਦੀ ਤਫਤੀਸ਼ ਦੀਆਂ ਰਿਪੋਰਟਾਂ ਤੁਸੀਂ, ਤੇਰੇ ਪਿਤਾ ਨੇ ਗੋਡੇ ਥੱਲੇ ਦਬਾ ਕੇ ਰੱਖੀਆਂ 14 ਸਾਲ,
ਤੇ ਉਹ ਅੱਜ ਤਪਦੀਸ਼ਾਂ ਨਿਕਲ ਕੇ ਬਾਹਰ ਆਈਆਂ ਤੇ ਤੁਸੀਂ ਫਿਰ ਵੀ ਖਮੋਸ਼। ਬੇਅਦਬੀਆਂ ਕਰਨ ਵਾਲਿਆਂ ਨੂੰ ਤੁਸੀਂ ਉਹਨਾਂ ਦੀ ਪੁਸਤ ਪੜ੍ਹਾਈ ਕੀਤੀ, ਫਿਰ ਵੀ ਤੁਸੀਂ ਅਕਾਲੀ, ਤੂੰ ਸਾਬਤਾ ਲਾ ਵੀ ਤੇਰੀ ਬੇੜੀ ਖਾਲੀ ਕਾਹਤੋਂ ਹੋ ਰਹੀ ਹੈ। ਇਹ ਪਾਪ ਦੀ ਭਰੀ ਬੇੜੀ ਚੋਂ ਥੋੜ੍ਹੀ ਬਹੁਤੀ ਜਾਗਦੀ ਜ਼ਮੀਰ ਦੇ ਲੋਕ ਛਾਲਾਂ ਕਿਉਂ ਮਾਰ ਰਹੇ ਆ, ਕਿਉਂ ਜਾ ਰਹੇ ਆ? ਹੋਰ ਤਾਂ ਛੱਡੋ, ਤੂੰ ਕਹਿੰਦਾ ਸੀ ਜਿਹੜੇ ਅਕਾਲੀ ਦਲ ਛੱਡ ਕੇ ਜਾ ਰਹੇ ਆ ਉਹਨਾਂ ਦਾ DNA ਚੈੱਕ ਕਰਾਂਗੇ। ਮੈਂ ਪੰਜਾਬੀ 'ਚ ਦੱਸਾਂ ਕਿ ਉਹਨਾਂ ਨੂੰ ਕਹਿੰਦਾ ਇਹ ਹਰਾਮ ਦੇ ਨੇ ਸਾਰੇ, ਤੇ ਹੁਣ ਤਾਂ ਤੇਰਾ ਭਨੋਈਆ ਛੱਡ ਗਿਆ, ਕੀ ਕਹੇਗਾ ਉਹਨੂੰ? ਮੈਂ ਬਹੁਤ ਚਿਰ ਪਹਿਲਾਂ ਕਿਹਾ ਸੀ ਅਕਾਲੀ ਦਲ ਮਾੜਾ ਨਹੀਂ, ਅਕਾਲੀ ਦਲ ਦੇ ਖੂਹ 'ਚ ਮਰੀ ਬਿੱਲੀ ਡਿੱਗ ਪਈ ਉਹ ਸੁਖਵੀਰ ਆ, ਜਿੰਨੀ ਦੇਰ ਤੱਕ ਇਹਨੂੰ ਨਹੀਂ ਕੱਢਦੇ ਇਹ ਪਾਣੀ ਗੰਧਲਾ ਰਹੂਗਾ। ਸੁਖਵੀਰ ਸਿੰਘ ਬਾਦਲ, ਤੇਰੇ ਪਿਓ ਦੀਆਂ ਕੀਤੀਆਂ ਕਰਤੂਤਾਂ ਨੂੰ ਕੌਮ ਜਰਦੀ ਰਹੀ ਜਰਦੀ ਰਹੀ, ਪਰ ਤੂੰ ਤੇ ਨਾ ਜੇਲ੍ਹ ਕੱਟੀ ਨਾ ਤੇਰੀ ਚੀਚੀ 'ਤੇ ਚੀਰ ਆਇਆ, ਤੇ ਤੂੰ ਸ਼ਹੀਦਾਂ ਦੀ ਜਥੇਬੰਦੀ ਦਾ ਵਾਰਸ ਬਣਨਾ ਚਾਹੁੰਦਾ? ਇੰਨੀਆਂ ਭੈੜੀਆਂ ਹਰਕਤਾਂ ਕਰਕੇ ਤੂੰ ਸਿੱਖਾਂ ਦੀਆਂ ਵੋਟਾਂ ਮੰਗਣੀਆਂ ਚਾਹੁੰਦਾ? ਭੁੱਲ ਜਾ ਤੂੰ। ਇਸ ਕਰਕੇ ਜੇ ਅਸੀਂ ਸਲਾਹਾਂ ਦਿੱਤੀਆਂ ਕਿ ਕੀਤੇ ਗੁਨਾਹਾਂ ਦੀ ਹਾਲੇ ਵੀ ਮਾਫ਼ੀ ਮੰਗ ਲਾ ਮਾਫ਼ੀ, ਸਾਧ ਸੰਗਤ ਜਿੱਥੋਂ ਹੁਣੇ ਗਿਆ ਸੁੱਚਾ ਸਿੰਘ ਲੰਗਾਹ, ਉੱਥੋਂ ਨਿੱਜੀ ਤੌਰ 'ਤੇ ਗਲਤੀ ਹੋਈ ਅਤੇ ਕਈ ਸਾਲ ਦੇ ਹੱਡ ਰਗੜਦੇ ਰਹੇ ਮਾਫ਼ੀ ਦੇਣ ਨੂੰ, ਕਈ ਸਾਲ ਸੁਖਵੀਰ ਦੇ ਕਹਿਣ 'ਤੇ, ਅਤੇ ਜਿਹਨੇ ਕੌਮ ਦੀ ਸਾਰੀ ਦੀ ਤੁਹੀਨ ਕੀਤੀ ਹੈ ਆਪ ਮਾਫ਼ੀ ਮੰਗਣ ਨੂੰ ਤਿਆਰ ਨਹੀਂ। ਅਤੇ ਫਿਰ ਹਾਲਾਤ ਗੁਰੂ ਸਾਹਿਬ ਤਾਂ ਜਾਣਦੇ ਆ ਨਾ, ਉਦੋਂ ਕਿਵੇਂ ਛਪਾ ਲਵਾਂਗੇ? ਅੱਜ ਤੇਰੀਆਂ ਕਰਤੂਤਾਂ ਨੂੰ ਵੇਖ ਕੇ ਚੰਡੀਗੜ੍ਹ ਸਮੇਤ ਪੰਜਾਬ ਦੀਆਂ 14 ਸੀਟਾਂ ਤੈਨੂੰ ਦੇਣੀਆਂ ਵੀ ਕਿੱਧਰ ਨੂੰ ਜਾ ਰਹੀਆਂ? ਅਤੇ ਜੇ ਫਿਰ ਵੀ ਨਾ ਸਮਝਿਆ, ਹੁਣ ਬਿਆਨ ਪਤਾ ਕੀ ਦਿੰਦਾ? ਮੈਂ ਭਾਵਾਂ ਇਹ ਵੀ ਹਾਰ ਜਾਂ ਅਤੇ ਮੈਂ ਭਾਵਾਂ 27 'ਚ ਵੀ ਹਾਰ ਜਾਵਾਂ, ਅਤੇ ਅਕਾਲੀ ਦਲ ਨਹੀਂ ਛੱਡਦਾ ਮੈਂ। ਅਤੇ ਫਿਰ ਰੱਖੀ ਰੱਖੀ ਭਾਈ, ਇਹ ਉਹ ਕੁਛ ਬੋਲਿਆ ਕੱਲ੍ਹ ਅਤੇ ਅੱਜ ਮੈਂ ਤਾਂ ਬੋਲਿਆ ਅਤੇ ਆਹ ਬਾਬਾ ਜੀ ਤੋਂ ਕਲੈਪ ਲੈ ਕੇ ਸਾਰੀ ਦੁਨੀਆਂ 'ਚ ਮੈਂ ਭੇਜਣੀ ਆ ਕਿ ਇਹ ਬੰਦਾ ਹੈ ਕੌਣ, ਕਿਹੜੀ ਕੁਰਬਾਨੀ ਦੀ ਗੱਲ ਕਰਦਾ? ਛਾਤੀ 'ਤੇ ਹੱਥ ਮਾਰ ਕੇ ਕਹਿੰਦਾ PTC ਮੇਰਾ, ਟਰਾਂਸਪੋਰਟ ਮੇਰੀ, ਹੋਟਲ ਮੇਰੇ, ਵੀ ਇਹ ਕੋਈ ਸਿੱਖ ਪੰਥ ਨੂੰ ਦੇਣ ਦਿੱਤੀ ਹੈ ਤੂੰ? ਕਿੱਧਰ ਗਿਆ ਅਨੰਦਪੁਰ ਦਾ ਮਤਾ? ਕਿੱਧਰ ਗਈਆਂ ਸਿੱਖਾਂ ਦੀਆਂ ਮੰਗਾਂ? ਕਿਉਂ ਨਹੀਂ ਛਡਾਏ ਅੱਜ ਤੱਕ ਧਰਮੀ ਫੌਜੀ ਜੇਲ੍ਹਾਂ 'ਚ ਬੰਦ ਬੈਠੇ 30-30 ਸਾਲ ਦੇ ਸਾਡੇ ਨੌਜਵਾਨ ਕੈਦੀ, ਕਿਉਂ ਨਹੀਂ ਛਡਾਏ? ਠੀਕ ਆ, ਪ੍ਰਾਪਰਟੀ ਤੇਰੀ, ਹੋਟਲ ਵੀ ਤੇਰੇ, PTC ਵੀ ਤੇਰਾ, ਤੇ ਤੇਰੇ ਹੋਟਲ ਵੀ, ਟਰਾਂਸਪੋਰਟਾਂ ਵੀ ਤੇਰੀਆਂ, ਤੇ ਪੰਥ ਕਿੱਥੇ ਆ? ਤੇ ਵੋਟਾਂ ਫਿਰ ਮੰਗਣ ਵਾਸਤੇ ਪੰਥ ਤੋਂ? ਇਹ ਪੰਥ ਦੀ ਜਮਾਤ ਹੈ ਜੀ, ਇਹ ਪੰਥ ਦੀ ਪਾਰਟੀ ਹੈ ਜੀ, ਤੇ ਪੰਥ ਦਾ ਮਾਲਕ ਕੌਣ ਹੈ? ਪੰਥ ਦਾ ਮਾਲਕ ਹੈ ਕਲਗੀ ਧਰਮਰਾਜ, ਉਹ ਜਾਣਦਾ ਹੈ। ਇਸ ਵਾਸਤੇ ਸਾਧ ਸੰਗਤ, ਮੈਂ ਇੱਥੋਂ ਮੀਡੀਆ ਰਾਹੀਂ ਬੇਨਤੀ ਕਰੂੰਗਾ, ਖਾਸ ਕਰਕੇ ਬਠਿੰਡੇ ਦੇ ਲੋਕਾਂ ਨੂੰ ਵੀ, ਸਮੁੱਚੇ ਪੰਜਾਬ ਦੇ ਲੋਕਾਂ ਨੂੰ, ਕਿ ਇਹਨਾਂ ਦੀ ਅਸਲ ਕਰਤੂਤ ਨੂੰ ਸਮਝੋ। ਇਹਨਾਂ ਨੇ ਬਹੁਤ ਥੱਲੇ ਭੌਂਕੇ ਰੱਖੇ ਹੋਏ ਆ, ਬਹੁਤ ਰੱਖੇ ਆ, ਕਿਉਂਕਿ ਆਪ ਹੀ ਛਾਤੀ 'ਤੇ ਹੱਥ ਮਾਰ ਕੇ ਕਹਿੰਦਾ PTC ਮੇਰਾ, ਉਹ ਤਾਂ ਦਿਨ ਰਾਤ ਇਹਦੀ ਗੁਣ ਗਾਊਗਾ। ਪਰ ਤੁਸੀਂ ਸੁਚੇਤ ਰਹੋ, ਅੱਜ ਮੀਡੀਆ PTC ਨਹੀਂ, ਅੱਜ ਮੀਡੀਆ ਤੁਹਾਡੀ ਜੇਬ 'ਚ ਹੈ, ਹਰ ਇੱਕ ਬੰਦੇ ਦੀ ਜੇਬ 'ਚ ਹੈ ਮੀਡੀਆ। ਤੁਸੀਂ ਦੇਖ ਲੈਣਾ ਕੀ ਹੋ ਰਿਹਾ,